ਡੀਅਰ ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਲੈਸਨ ਪਲਾਨ ਸਬਜੈਕਟ ਹੈ ਇਕਨੋਮਿਕਸ ਤੁਸੀਂ ਆਪਣਾ ਰੋਲ ਨੰਬਰ ਵਿਸ਼ਾ ਉਪ ਵਿਸ਼ਾ ਸ਼੍ਰੇਣੀ ਸਮਾਂ ਮਿਤੀ ਲਿਖਣ ਤੋਂ ਬਾਅਦ ਨਾਲ ਆਪਣਾ ਜਿਹੜਾ ਟੌਪਿਕ ਆ ਉਹ ਵੀ ਨੋਟ ਕਰੋ ਕਿ ਹੈ ਮੁਦਰਾ ਦੀ ਪੂਰਤੀ ਕੌਣ ਕਰਦਾ ਹੈ ਇਹ ਚ ਸਧਾਰਨ ਸਮਗਰੀ ਵਿਸ਼ੇਸ਼ ਉਦੇਸ਼ ਸਧਾਰਨ ਉਦੇਸ਼ ਤੇ ਉਸ ਤੋਂ ਬਾਅਦ ਤੁਸੀਂ ਪੂਰਵ ਗਿਆਨ ਦੀ ਪਰਖ ਕਰਨੀ ਹੈ ਪੂਰਵ ਗਿਆਨ ਦੀ ਪਰਖ ਦੇ ਵਿੱਚ ਤੁਸੀਂ ਇੱਕ ਸਾਈਡ ਕੁਐਸਚਨ ਤੇ ਦੂਸਰੀ ਸਾਈਡ ਉਹਦੇ ਜਿਹੜੇ ਆਨਸਰ ਨੇ ਉਹ ਲਿਖਣੇ ਆ ਪੂਰਵ ਗਿਆਨ ਦੀ ਪਰਖ ਕਰਨ ਤੋਂ ਬਾਅਦ ਤੁਸੀਂ ਉਪ ਵਿਸ਼ੇ ਦੀ ਕੋਸ਼ਣਾ ਕਰਨੀ ਹੈ ਇਹ ਤੁਹਾਡੇ ਟਾਪਿਕ ਦੇ ਨਾਲ ਰਿਲੇਟਡ ਹੋਏਗੀ ਕਿ ਤੁਸੀਂ ਅੱਜ ਕੀ ਜੋ ਪੜਾਉਣਾ ਹੈ ਮੀਨਸ ਕਿ ਅੱਜ ਅਸੀਂ ਮੁਦਰਾ ਦੀ ਪੂਰਤੀ ਬਾਰੇ ਪੜ੍ਹਾਂਗੇ ਟਾਪਿਕ ਨੂੰ ਅਨਾਉਂਸ ਕਰਨ ਤੋਂ ਬਾਅਦ ਤੁਸੀਂ ਅਗਲੇ ਪੇਜ ਤੇ ਦੋ ਕਾਲਮ ਬਣਾ ਲੈਣੇ ਫਿਰ ਤੁਸੀਂ ਜਿਹੜਾ ਬਰਾਬਰ ਪੈਰਲਲ ਪੇਜ ਹੋਏਗਾ ਉਹਦੇ ਤੇ ਦੋ ਕਾਲਮ ਫਿਰ ਬਣਾ ਲੈਣੇ ਆ ਪਹਿਲਾ ਹੈ ਵਿਸ਼ਾ ਵਸਤੂ ਦੂਸਰਾ ਹੈ ਵਿਦਿਆਰਥੀ ਦੀ ਅਭਿ ਕਰਿਆ ਤੀਸਰਾ ਵਿਦਿਆਰਥੀ ਕੇ ਤੇ ਚੌਥਾ ਚਾਕ ਬੋਰਡ ਹੁਣ ਇੱਥੇ ਤੁਸੀਂ ਲਿਖਣਾ ਹੈ ਮੁਦਰਾ ਦੀ ਪੂਰਤੀ ਕੌਣ ਕਰਦਾ ਹੈ ਟਾਈਟਲ ਵਿੱਚ ਤੁਸੀਂ ਇਹਨਾਂ ਪੂਰੀ ਡਿਟੇਲ ਦੇ ਵਿੱਚ ਲਿਖਦੇ ਜਾਣਾ ਹੈ ਤੇ ਸੈਕੰਡ ਕਾਲਮ ਦੇ ਵਿੱਚ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਮੁਦਰਾ ਦੀ ਪੂਰਤੀ ਕਰਨ ਵਾਲੀਆਂ ਸੰਸਥਾਵਾਂ ਅਤੇ ਉਹਨਾਂ ਦੇ ਵੱਖ-ਵੱਖ ਸਾਧਨਾਂ ਬਾਰੇ ਦੱਸੇਗੀ ਜਾਂ ਦੱਸੇਗਾ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਲਿਖਣਾ ਹੈ ਤੇ ਵਿਸ਼ਾ ਵਸਤੂ ਦੇ ਵਿੱਚ ਇਹ ਜਿਹੜੀ ਗੱਲ ਹੈ ਪੂਰੀ ਡਿਟੇਲ ਦੇ ਵਿੱਚ ਤੁਸੀਂ ਨੇ ਲਿਖਣੀ ਹੈ ਫਿਰ ਅਗ ਹੈ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਮੁਦਰਾ ਦੇ ਵਿਸਤਾਰ ਤੇ ਸੰਕੁਚਨ ਬਾਰੇ ਦੱਸੇਗੀ ਤੁਸੀਂ ਇਹਨੂੰ ਕੰਪਲੀਟ ਲਿਖਦੇ ਜਾਣਾ ਹੈ ਅਗਿਆ ਵਿਦਿਆਰਥੀ ਅਧਿਆਪਕਾ মুদ্রা ਦੀ ਪੂਰਤੀ ਨਾਲ ਸੰਬੰਧਿਤ ਮੁੱਖ ਦਿੱਤਾ ਨੂੰ ਬੋਰਡ ਉੱਪਰ ਲਿਖੇਗੀ ਤੀਸਰਾ ਤੇ ਚੌਥਾ ਕਾਲਮ ਦੇਖ ਰਿਹਾ ਹਾਂ ਵਿਦਿਆਰਥੀ ਕਿਰਿਆ ਤੇ ਚਾਕਬੋਰਡ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਨਾਲ ਤੁਸੀਂ ਇਧਰ ਬਲੈਕਬੋਰਡ ਦਾ ਕੰਮ ਦੇਖ ਰਹੇ ਹੋ মুদ্রা ਦੀ ਪੂਰਤੀ ਬਾਰੇ ਜਿਹੜਾ ਇੰਪੋਰਟੈਂਟ ਹੈ ਸਿਰਫ ਉਹੀ ਇਹਦੇ ਉੱਪਰ ਲਿਖਿਆ ਹੋਇਆ ਹੈ ਅਗਿਆ ਵਿਦਿਆਰਥੀ ਧਿਆਨ ਨਾਲ ਸਮਝਣਗੇ ਤੇਗੇ ਵਿਦਿਆਰਥੀ ਬੋਰਡ ਉੱਪਰ ਲਿਖੀ ਸਮਗਰੀ ਨੂੰ ਕਾਪੀ ਉੱਪਰ ਨੋਟ ਕਰਨਗੇ ਤੇ ਜਿੰਨਾ ਕੰਮ ਬਲੈਕਬੋਰਡ ਦੇ ਉੱਪਰ ਲਿਖਿਆ ਗਿਆ ਵਿਦਿਆਰਥੀ ਉਹਨੂੰ ਆਪਣੀ ਕਾਪੀ ਦੇ ਉੱਪਰ ਨੋਟ ਕਰਨਗੇ ਤੁਸੀਂ ਜ਼ਰੂਰ ਲਿਖਣਾ ਇਹ ਨਾਲ ਲੈਸਨ ਪਲਾਨ ਨੂੰ ਅਗੇ ਕੰਟੀਨਿਊ ਕਰਦੇ ਹੋਏ ਫਿਰ ਤੁਸੀਂ ਜਿਹੜੇ ਚਾਰ ਕਾਲਮ ਨੇ ਬਣਾ ਲੈਣੇ ਵਿਸ਼ਾ ਵਸਤੂ ਤੇ ਵਿਦਿਆਰਥੀ ਅਧਿਆਪਕੀਆ ਦਾ ਕਾਲਮ ਤੁਸੀਂ ਦੇਖ ਰਹੇ ਹੋ ਮੋਦਰਾ ਦੀ ਆਦਰਸ਼ ਪੂਰਤੀ ਇਦੇ ਬਾਰੇ ਤੁਸੀਂ ਇੱਧਰ ਲਿਖੋਗੇ ਤੇ ਇੱਧਰ ਲਿਖੋਗੇ ਵਿਦਿਆਰਥੀ ਦਾ ਆਪਕਾ ਵਿਦਿਆਰਥੀਆਂ ਨੂੰ মুদ্রা ਦੀ ਆਦਰਸ਼ ਪੂਰਤੀ ਬਾਰੇ ਦੱਸੇਗੀ ਤੇ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਹੀ ਲਿਖਣਾ ਹੈ ਫਿਰ ਵਿਦਿਆਰਥੀ ਦਾ ਆਪਕਾ ਵਿਦਿਆਰਥੀਆਂ ਨੂੰ মুদ্রা ਦੀ ਪੂਰਤੀ ਦਾ ਜਿਹੜਾ ਕੀਮਤ ਪੱਧਰ ਹੈ ਉਹਦੇ ਬਾਰੇ ਦੱਸੇਗੀ ਵਿਦਿਆਰਥੀ ਅਤੇ ਆਪਕਾ ਆਦਰਸ਼ ਪੂਰਤੀ ਦੇ ਮੁੱਖ ਤਤਾਂ ਨੂੰ ਬਲੈਕਬੋਰਡ ਉੱਪਰ ਲਿਖੇਗੀ ਮੀਨ ਜਿਹੜੀਆਂ ਗੱਲਾਂ ਇੰਪੋਰਟੈਂਟ ਨੇ ਉਹਨਾਂ ਲਈ ਤੁਸੀਂ ਇੱਥੇ ਲਿਖਣਾ ਹੈ ਕਿ ਬਲੈਕਬੋਰਡ ਉੱਪਰ ਲਿਖੇਗੀ ਤੀਸਰਾ ਤੇ ਚੌਥਾ ਕਾਲਮ ਦੇਖ ਰਹੇ ਹੋ ਵਿਦਿਆਰਥੀ ਕਿਰਿਆ ਤੇ ਬਲੈਕਬੋਰਡ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਸਮਝਣਗੇ ਤੇ ਮੁਦਰਾ ਦੀ ਆਦਰਸ਼ ਪੂਰਤੀ ਬਾਰੇ ਬਲੈਕਬੋਰਡ ਦੇ ਉੱਪਰ ਜਿੰਨਾ ਵੀ ਇੰਪੋਰਟੈਂਟ ਹੈ ਉਹ ਤੁਸੀਂ ਇਹਦੇ ਉੱਪਰ ਲਿਖਦੇ ਜਾਣਾ ਹੈ ਵਿਦਿਆਰਥੀ ਸਮਨਨ ਆਉਂਦੀ ਸੂਰਤ ਵਿੱਚ ਵਿਦਿਆਰਥੀ ਅਧਿਆਪਕਾਂ ਤੋਂ ਪ੍ਰਸ਼ਨ ਪੁੱਛ ਸਕਦੇ ਨੇ ਇੱਥੇ ਲਿਖੋਗੇ ਤੁਸੀਂ ਪੁੱਛਣਗੇ ਤੇ ਫਿਰ ਤੁਸੀਂ ਇਧਰਲੇ ਵਿਦਿਆਰਥੀ ਕਿਰੇ ਦੇ ਵਿੱਚ ਲਿਖਣਾ ਹੈ ਵਿਦਿਆਰਥੀ ਬੋਰਡ ਉੱਪਰ ਲਿਖੀ ਸਮਗਰੀ ਨੂੰ ਕਾਪੀ ਉੱਪਰ ਲਿਖਣਗੇ ਅੰਤਿਮ ਦੁਹਰਾਈ ਜਦੋਂ ਤੁਹਾਡਾ ਜਿਹੜਾ ਚੈਪਟਰ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਜਿਹੜੇ ਇਕੱਲੇ ਕੁਐਸਚਨ ਨੇ ਉਹ ਲਿਖਣੇ ਆ ਤੇ ਵਿਦਿਆਰਥੀਆਂ ਕੋਲੋਂ ਪੁੱਛਣੇ ਨੇ ਇਹਨਾਂ ਦੇ ਆਨਸਰ ਤੁਸੀਂ ਇੱਥੇ ਨਹੀਂ ਲਿਖਣੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਘਰ ਦਾ ਕੰਮ ਹੈ ਉਹ ਦੇਣਾ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਏਗੀ ਥੈਂਕਸ ਫॉर ਵਾਚਿੰਗ